ਵਧੀਆ ਮਤਲਬ ਅਗਰ ਕਈ ਇੱਕ ਲੋ ਜੀ ਇਹਨਾਂ ਨੇ ਕਿਹੜਾ ਵੱਡੇ ਹੋ ਗਏ ਕੋਈ ਡਾਕਟਰ ਤੇ ਡੀਸੀ ਬਣ ਜਾਣਾ ਕੀ ਪਤਾ ਬਣ ਜਾਣਾ ਤੇ ਹਰ ਇੱਕ ਚੀਜ਼ ਦਾ ਜਿਹੜਾ ਨਾ ਉਹਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ ਸਾਨੂੰ ਲੋ ਜੀ ਅਸੀਂ ਐਵੇਂ ਭੇਜਦੇ ਰਹੀਏ ਫਾਇਦਾ ਕੀ ਉੱਥੇ ਦੇ ਕੋਈ ਟੀਚਰ ਆ ਕੇ ਉਹ ਆਪਣਾ ਹੀ ਕੋਈ ਕੰਮ ਕਰਕੇ ਚਲੀ ਜਾਂਦੀ ਹੈ ਮੋਬਾਈਲ ਦੇ ਵਿੱਚ ਲੱਗੀ ਜਾਂਦੀ ਹੈ ਵਗੈਰਾ 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 ਮਤਲਬ ਇਹੋ ਜਿਹੀਆਂ ਚੀਜ਼ਾਂ ਨਹੀਂ ਸੋਚਦੇ ਬਲਕਿ ਹਮੇਸ਼ਾ ਅੱਛਾ ਸੋਚ ਕੇ ਤੇ ਅੱਛਾ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਹੈ ਪੰਜਵੀਂ ਤੱਕ ਅਗਰ ਇਹਨਾਂ ਨੇ ਪੜ੍ਹ ਲਿਆ ਨਾ ਤੇ ਅੱਗੇ ਉਹ ਆਪੇ ਪੜ੍ਹ ਲੈਣ ਠੀਕ ਹੈ ਬਸ ਇਹ ਕਰਿਓ हमारा भी जो कि प्रोग्राम है यही है कि हमने अपने बच्चों को क्लास 5 तक जो है वो तालीम या देनी और फिर कोशिश करनी कि रेगुलर स्कूल में दाखिल करा लें ताकि आपका बच्चे को